ਮੈਂ ਬਥੇਰਾ ਕਹਿੰਦਾ ਬੀਜੇਪੀ ਵਾਲਿਆਂ ਨੂੰ, ਮੋਦੀ ਸਾਹਿਬ ਨੂੰ, ਮੋਦੀ ਸਾਹਿਬ ਤੁਹਾਡੀ ਤੋਰ 'ਚ ਹੰਕਾਰ ਦਿਖੀ ਜਾਂਦਾ ਹੈ। ਤੁਹਾਨੂੰ ਲੱਗਦਾ ਸ਼ਾਇਦ ਮੈਂ ਪਤਾ ਨਹੀਂ ਕੀ ਬਣ ਗਿਆ, ਤੁਸੀਂ ਜਿਵੇਂ ਤੁਰਦੇ ਹੋ ਨਾ ਇਹ ਹੰਕਾਰ ਹੈ। ਅਤੇ ਥੋੜ੍ਹਾ ਜਿਹਾ ਜੇ ਕਿਤੇ ਧਰਤੀ ਵੱਲ ਦੇਖ ਲਓ ਥੱਲੇ ਤਾਂ ਚੰਗੇ ਰਹੋਗੇ, ਨਹੀਂ ਤਾਂ ਫਿਰ ਐਂ ਕਰੋ, ਤੁਹਾਡੇ ਤੋਂ 40 ਕੁ ਕਿਲੋਮੀਟਰ ਦੂਰ ਹੀ ਬੈਠੀ ਹੈ ਸ਼ੇਖ ਹਸੀਨਾ ਨੂੰ ਮਿਲਿਆ ਹੈ, ਉਹਨੇ ਸਵੇਰੇ ਬ੍ਰੇਕਫਾਸਟ ਤਾਂ ਆਪਦੇ ਘਰੇ ਕੀਤਾ ਸੀ, ਅਤੇ ਜਿਹੜਾ ਲੰਚ ਵਾਸਤੇ ਲੋਕ ਬੁਲਾਏ ਹੋਏ ਸੀ ਉਹ ਲੋਕ ਨਹੀਂ ਆਏ, ਪਰ ਬਾਂਗਲਾਦੇਸ਼ ਦੇ ਆਮ ਲੋਕ ਰਿਕਸ਼ਿਆਂ ਵਾਲੇ ਪ੍ਰਧਾਨ ਮੰਤਰੀ ਦੇ ਘਰੇ ਲੰਚ ਕਰਕੇ ਗਏ ਨੇ। ਇਹ ਪਬਲਿਕ ਹੈ, ਇਹ ਸਿੱਖ ਲਿਓ। ਸੋ ਇਸ ਕਰਕੇ ਹਮੇਸ਼ਾ ਪਬਲਿਕ ਦੇ ਨਾਲ ਰਵਾਂਗੇ, ਨਾ ਹੀ ਪਬਲਿਕ ਤੋਂ ਵੱਡੇ ਬਣਨ ਦੀ ਕੋਸ਼ਿਸ਼ ਕਰਨੀ ਹੈ, ਨਾ ਹੀ ਬਣ ਸਕਦੇ ਹੋ, ਬਣ ਵੀ ਨਹੀਂ ਸਕਦੇ ਜੀ। ਇਹ ਆਹ ਹੁਣ ਜਿਹੜਾ ਕਹਿੰਦੇ ਭਗਵੰਤ, ਮੈਨੂੰ ਕਹਿੰਦੇ ਪੱਤਰਕਾਰ ਕਈ ਵਾਰੀ ਤੁਸੀਂ ਬਾਦਲ ਹਰਾਤਾ ਜੀ, ਤੁਸੀਂ ਕੈਪਟਨ ਹਰਾਤਾ ਜੀ, ਤੁਸੀਂ ਸਿੱਧੂ, ਇਹ ਤਾਂ ਮੈਂ ਕਿਹਾ ਮੈਂ ਨਹੀਂ ਹਰਾਇਆ ਭਰਾਵੋ, ਮੇਰਾ ਤਾਂ ਨਾਂ ਹੀ ਲੱਗਦਾ, ਇਹ ਤਾਂ ਪਬਲਿਕ ਹੈ, ਇਹ ਲੋਕਾਂ ਨੇ ਹਰਾਇਆ। ਉਹ ਕੋ ਨਾ ਕੋਈ ਬਜ਼ੁਰਗ ਬੈਠਾ ਸੀਗਾ ਟ੍ਰੇਨ 'ਚ, ਜਾਈ ਜਾਂਦਾ ਸੀ, ਤਾਂ ਅਗਨੇ ਵੀ ਦੇਖਿਆ ਵੀ ਯਾਰ ਪਿਛਲੇ 3-4 ਸਟੇਸ਼ਨਾਂ ਤੋਂ ਮੈਂ ਦੇਖ ਰਿਹਾ ਟਰੰਕ ਖਾਲੀ ਹੋਈ ਪਿਆ, ਮਤਲਬ ਲਾਵਾਰਸੀ ਪਿਆ। ਮੈਨੂੰ ਲੱਗਦਾ ਉਹਨੇ ਕਿਹਾ ਵੀ ਮੈਨੂੰ ਲੱਗਦਾ ਫੌਜੀ ਕੋਈ ਬਾਹਲਾ ਚਾਅ ਮਨਾ ਗਿਆ ਛੁੱਟੀ ਦਾ, ਵੀ ਟਰੰਕ ਭੁੱਲ ਗਿਆ ਆਪ ਉਤਰ ਗਿਆ। ਕਹਿੰਦਾ ਵਿੱਚ ਸਮਾਨ ਹੋਊ ਵਧੀਆ, ਰਮ ਰੁੰਮ ਹੋਊ, ਸਾਰਾ ਕੁਝ ਜਿਹੜਾ ਫੌਜ 'ਚੋਂ ਮਿਲਦਾ ਚੱਕ ਲੈਂਦੇ ਹਾਂ। ਉਹ ਬਜ਼ੁਰਗ ਨੇ ਚੱਕ ਲਿਆ ਟਰੰਕ, ਫੌਜ ਵਾਲਾ ਜਿੰਦਾ ਲੱਗਿਆ ਹੋਇਆ ਸੀ ਉਹਨੂੰ, ਟਰੰਕ ਚੱਕ ਕੇ ਤੁਰ ਪਿਆ। ਮੂਹਰੇ ਪੁਲਿਸ ਦਾ ਨਾਕਾ ਲੱਗਿਆ ਹੋਇਆ, ਉਹ ਕਹਿੰਦਾ ਬਾਬਾ ਜੀ ਕਿੱਥੋਂ ਆਏ ਹੋ? ਇੱਥੋਂ ਆਏ ਹਾਂ ਜੀ। ਆ ਕੀ ਹੈ ਟਰੰਕ 'ਚ? ਕਹਿੰਦਾ ਪੁੱਤ ਕੱਪੜੇ ਲੀੜੇ ਨੇ, ਹੋਰ ਤਾਂ ਕੀ ਨੇ। ਚੱਲ ਕਹਿੰਦੇ ਖੋਲ, ਹੁਣ ਖੋਲੇ ਕਿੱਥੋਂ? ਚਾਬੀ ਤਾਂ ਇਹ ਨਹੀਂ ਸੀ ਉਹਦੀ। ਪੁਲਿਸ ਵਾਲੇ ਨੇ ਜਿੰਦਾ ਤੋੜਿਆ, ਟਰੰਕ ਖੋਲਿਆ, ਤਾਂ ਉਹ 'ਚ ਬੰਦਾ ਵੱਢ ਕੇ ਟੋਟੇ ਟੋਟੇ ਕਰਕੇ ਵਿੱਚ ਪਾਇਆ ਪਿਆ। ਉਹ ਬੁੜਾ ਕਹੇ ਜੀ ਮੈਂ ਨਹੀਂ ਕੀਤਾ। ਮੈਂ ਉਹ ਕਹਿੰਦੇ ਨਹੀਂ ਨਹੀਂ ਜੀ, ਤਾਂ ਲਾਸ਼ ਤਾਂ ਲਈ ਜਾਂਦੇ ਤੂੰ ਨਾਲ। ਪਰਚਾ ਪੈ ਗਿਆ 302 ਦਾ, ਕੇਸ ਲੱਗਿਆ, ਜੱਜ ਆਇਆ। ਜੱਜ ਕਹਿੰਦਾ ਬਜ਼ੁਰਗੋ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ, ਤੁਸੀਂ ਇਨਸਾਨੀਅਤ ਨੂੰ ਅੱਜ ਬਹੁਤ ਬੇਸ਼ਰਮ ਕੀਤਾ, ਦਾਗ ਲਾਇਆ ਇਨਸਾਨੀਅਤ 'ਤੇ, ਸ਼ਰਮਸਾਰ ਕਰਤੀ ਇਨਸਾਨੀਅਤ। ਬੰਦਾ ਕਿੰਨੀ ਬੇਰਹਿਮੀ ਨਾਲ ਵੱਢ ਕੇ ਤੁਸੀਂ ਟਰੰਕ 'ਚ ਪਾ ਕੇ ਕਤਲ ਕੀਤਾ, ਕੀ ਕਹਿਣਾ ਚਾਹੋਗੇ? ਉਹ ਬੁੜਾ ਕਹਿੰਦਾ ਮੋਤੀਆਂ ਵਾਲਾ ਮੇਰੀ ਗੱਲ ਤਾਂ ਸੁਣ ਲਓ, ਉਹ ਮੈਂ ਕਤਲ ਨਹੀਂ ਕੀਤਾ, ਮੈਨੂੰ ਤਾਂ ਕਰਿਆ ਇੱਥੇ ਆ ਗਿਆ ਕਿਸੇ ਦਾ। ਸੋ ਇਸ ਕਰਕੇ ਇਹ ਆ ਜਿਹੜੇ ਫਿਰਦੇ ਅਕਾਲੀ ਦਲ ਵਾਲੇ ਕਾਂਗਰਸ, ਇਹਨਾਂ ਨੂੰ ਕਰੇ ਕਰਾਈ ਮਿਲੇ ਨੇ। ਪਹਿਲਾਂ ਬਾਪੂਆਂ ਨੇ ਦੇਤੇ, ਆ ਜਾ ਪੁੱਤ ਡਿਪਟੀ CM, ਇਹ ਕਰੇ ਕਰਾਏ ਬਣੇ ਬਣਾਏ ਮਿਲੇ ਨੇ। ਪਰ ਜਦੋਂ ਲੋਕਾਂ ਕੋਲ ਜਾ ਕੇ ਆਪ ਜਦੋਂ ਕੋਈ ਮਿਹਨਤਾਂ ਕਰੇ ਤਾਂ ਉਹਦਾ ਫਰਕ ਹੁੰਦਾ। ਇਸ ਕਰਕੇ ਉਹ ਲੋਕਾਂ ਦਾ ਹਮੇਸ਼ਾ ਰਿਣੀ ਰਹਿੰਦਾ ਜਿਹੜਾ ਲੋਕਾਂ ਦੇ ਵਿੱਚੋਂ ਨਿਕਲਿਆ ਹੋਵੇ, ਜਿਨ੍ਹਾਂ ਨੂੰ ਇਹ ਹੋਵੇ ਕਿ ਮੈਂ ਲੋਕਾਂ ਨੂੰ ਖਰੀਦ ਲੈਂਦਾ ਹੁੰਦਾ, ਮੈਂ ਤਾਂ ਪਾਰਟੀਆਂ ਤੋੜ ਦਿੰਦਾ ਹੁੰਦਾ, ਮੈਂ ਉਹ ਕਰ ਦਿੰਦਾ ਹੁੰਦਾ, ਉਹ ਫਿਰ ਲੋਕਾਂ ਨਾਲੋਂ ਟੁੱਟ ਜਾਂਦੇ ਨੇ ਅਤੇ ਲੋਕ ਉਹਨਾਂ ਨਾਲੋਂ ਟੁੱਟ ਜਾਂਦੇ ਨੇ।